पंजाब कांग्रेस प्रधान नवजोत सिंह सिद्धू नूं सुपर सीएम यानी मुख्यमंत्री तो उत्ते दा ओहदे देण दी कांग्रेस दे कुछ आगुआं वल्लों चर्चावां चल रहियां ने, क्योंकि कांग्रेस नूं नवजोत सिद्धू ने अजिहा मॉडल दिता जिस तों पंजाब दी खुशहाली ते विकास होवेगा, जिस नूं सिद्धू ने जितेगा पंजाब ते पंजाब मॉडल साबित कीता है। इस सोच नूं देखदे होए बीते दिन रवनीत बिट्टू ਵੱਲੋਂ ਰੈਲੀ ਦੌਰਾਨ ਵੱਡਾ ਬਿਆਨ ਦਿੱਤਾ ਗਿਆ ਕਿ ਇਸ ਸੋਚ ਤੇ ਉਮੀਦ ਨੂੰ ਅਸੀਂ ਯਾਨੀ ਕਾਂਗਰਸ ਸੁਪਰ ਮੁੱਖ ਮੰਤਰੀ ਬਣਾਏਗੀ। ਇਸੇ ਲੜੀ ਚ ਕਾਂਗਰਸੀ ਕਾਂਗਰਸ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਬਾਜਵਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਕਿ ਇਸ ਅਹੁਦੇ ਬਾਰੇ ਬਿੱਟੂ ਜੀ ਨੂੰ ਪਤਾ ਹੋਵੇਗਾ। ਇਸ ਤਰ੍ਹਾਂ ਉਹਨਾਂ ਦਾਅਵਾ ਕੀਤਾ ਕਿ ਪ੍ਰਤਾਪ ਬਾਜਵਾ ਨੂੰ ਤੇ ਕਾਂਗਰਸ ਨੂੰ ਇਸ ਅਹੁਦੇ ਬਾਰੇ ਪਤਾ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਤੋਂ ਉੱਤੇ ਕੋਈ ਨਹੀਂ ਹੁੰਦਾ। ਦੇਖੋ ਵੇਖੋ ਜੇ ਰਵਨੀਤ ਸਿੰਘ ਬਿੱਟੂ ਜੀ ਕਹਿ ਰਹੇ ਨੇ, ਹੋ ਸਕਦਾ ਉਹਨਾਂ ਨੂੰ ਕੋਈ ਜਾਣਕਾਰੀ ਹੋਏ ਕਿ ਸੀਐਮ ਦੇ ਉੱਤੋਂ ਦੀ ਵੀ ਕੋਈ ਪੋਸਟ ਹੁੰਦੀ ਜਿਹਨੂੰ ਸੁਪਰ ਸੀਐਮ ਕਿਹਾ ਜਾ ਸਕਦਾ। ਇਹਦੀ ਇਹਦੇ ਬਾਰੇ ਜਾਣਕਾਰੀ ਜ਼ਿਆਦਾ ਬਿੱਟੂ ਸਾਹਿਬ ਨੂੰ, ਮੈਨੂੰ ਇਸ ਪੋਸਟ ਬਾਰੇ ਜਾਣਕਾਰੀ ਹੈ। ਮੀਡੀਆ ਲੋਕਤੰਤਰ ਦਾ ਅਹਿਮ ਅੰਗ ਮੰਨਿਆ ਜਾਂਦਾ ਹੈ, ਪਰ ਸਾਫ਼ ਸਪਸ਼ਟ ਤੇ ਨਿਰਪੱਖਤਾ ਮੀਡੀਆ ਦੀ ਅਹਿਮ ਕੜੀ ਮੰਨੀ ਜਾਂਦੀ ਹੈ। ਪਰ ਸਰਵੇਖਣਾਂ ਨੂੰ ਲੈ ਕੇ ਮੀਡੀਆ ਦੀ ਜ਼ਿੰਮੇਵਾਰੀ ਤੇ ਨਿਰਪੱਖਤਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ, ਖਾਸ ਕਰਕੇ ਚੋਣਾਂ ਵੇਲੇ। ਪਰ ਚੱਕਦੇ ਟੀਵੀ ਦੇ ਸਰਵੇਖਣ ਹੋਏ 99% ਸੱਚ ਸਾਬਿਤ। ਇੱਕ ਵਾਰ ਫਿਰ ਚੱਕਦੇ ਟੀਵੀ ਲੈ ਕੇ ਆ ਰਿਹਾ ਹੈ ਪੰਜਾਬ ਦੀਆਂ ਹੌਟ ਸੀਟਾਂ ਦਾ ਸਰਵੇਖਣ। ਦੇਖਣਾ ਨਾ ਭੁੱਲਿਓ ਚੱਕਦੇ ਟੀਵੀ ਦੇ YouTube, Facebook ਤੇ IPTV ਤੇ।